ਉਹਨਾਂ ਦੇ ਵਿੱਚ ਅਸੀਂ ਟਰਾਂਸਫਾਰਮਰ ਦਾ ਤੇਲ ਚੋਰੀ ਕਰਨ ਵਾਲੇ ਚੋਰਾਂ ਨੂੰ ਅਤੇ ਅੱਗੇ ਖਰੀਦਣ ਵਾਲਿਆਂ ਨੂੰ ਕੁਝ ਮੁਲਜ਼ਮਾਂ ਨੂੰ ਅਸੀਂ ਫੜਿਆ ਆ। ਕੁੱਲ ਗਿਣਤੀ ਅਜੇ ਤੱਕ ਚਾਰ, ਅਸੀਂ ਚਾਰ ਮੁਲਜ਼ਮ ਜਿਹੜੇ ਆ ਗ੍ਰਿਫਤਾਰ ਕਰ ਚੁੱਕੇ ਹਾਂ। ਟਰਾਂਸਫਾਰਮਰ ਦਾ ਤੇਲ ਚੋਰੀ ਕਰਨ ਦੇ ਲਈ ਪਾਈਪ, ਇਸ ਤੋਂ ਇਲਾਵਾ ਪਲਾਸ ਵਗੈਰਾ ਉਹਨਾਂ ਨੂੰ ਖੋਲ੍ਹਣ ਦੇ ਲਈ, ਪਲੱਸ ਵਹੀਕਲਸ ਜਿਵੇਂ ਮੋਟਰਸਾਈਕਲ, ਇੱਕ ਡਾਲੇ ਵਾਲਾ ਜਿਹੜਾ ਥ੍ਰੀ ਵੀਲਰ ਜਿਹਦੇ ਕਿ ਲੱਦ ਕੇ ਲਿਜਾਏ ਜਾ ਸਕਦੇ ਆ, 8-9 ਕੈਨ ਵੀ ਫੜੇ ਆ ਜਿਹੜੇ ਕਿ ਤੇਲ ਦੇ ਨਾਲ ਲਿਬੜੇ ਹੋਏ ਆ ਅਤੇ ਜਿਹੜੇ ਇਹਨਾਂ ਨੇ ਅੱਗੇ ਸੇਲ ਕਰ ਦਿੱਤਾ ਹੋਇਆ। ਤੇਲ ਚੋਰੀ ਕਰਕੇ ਇਹ ਦੋ ਜਣੇ ਸੀ ਅੱਗੇ ਜਿਹੜੇ ਕਿ ਖਰੀਦਦੇ ਸੀਗੇ, ਇੱਕ ਜੋਗਾ ਸਿੰਘ ਜੀ ਹਰਦੋ ਝੰਡੇ ਦਾ, ਇੱਕ ਸੀਗਾ ਸਤਨਾਮ ਸਿੰਘ, ਉਹ ਥੜਿਆਲੇ ਨਾਲ ਦਾ ਸੀਗਾ। ਤੇਲ ਖਰੀਦਣ ਵਾਲਿਆਂ ਦੇ ਵਿੱਚੋਂ ਇੱਕ ਅਸੀਂ ਫੜ ਲਿਆ ਜੀ, ਜੋਗਾ ਸਿੰਘ, ਅਤੇ ਇੱਕ ਅਜੇ ਬਾਕੀ ਹੈ ਜੀ। ਅੱਜ ਪਿਛਲੇ ਕੁਝ 6 ਮਹੀਨੇ ਤੋਂ ਕਰੀਬ ਜਿਹੜਾ ਟਰਾਂਸਫਾਰਮਰ ਦਾ ਤੇਲ ਜਿਹੜਾ ਆ ਉਹ ਵੱਖ ਵੱਖ ਪਿੰਡਾਂ ਦੇ ਏਰੀਏ ਦੇ ਵਿੱਚੋਂ ਚੋਰੀ ਹੋ ਰਿਹਾ ਸੀਗਾ। ਉਹਨਾਂ ਦੇ ਵਿੱਚ ਅਸੀਂ ਟਰਾਂਸਫਾਰਮਰ ਦਾ ਤੇਲ ਚੋਰੀ ਕਰਨ ਵਾਲੇ ਚੋਰਾਂ ਨੂੰ ਅਤੇ ਅੱਗੇ ਖਰੀਦਣ ਵਾਲਿਆਂ ਨੂੰ ਕੁਝ ਮੁਲਜ਼ਮਾਂ ਨੂੰ ਅਸੀਂ ਫੜਿਆ ਆ। ਕੁੱਲ ਗਿਣਤੀ ਅਜੇ ਤੱਕ ਚਾਰ, ਅਸੀਂ ਚਾਰ ਮੁਲਜ਼ਮ ਜਿਹੜੇ ਆ ਗ੍ਰਿਫਤਾਰ ਕਰ ਚੁੱਕੇ ਹਾਂ, ਅਤੇ ਇਸ ਲੜੀ ਦੇ ਵਿੱਚ ਕੁੱਲ 7 ਮੁਲਜ਼ਮ ਆ। ਇਹਨਾਂ ਪਾਸੋਂ ਅਸੀਂ ਟਰਾਂਸਫਾਰਮਰ ਦਾ ਤੇਲ ਚੋਰੀ ਕਰਨ ਦੇ ਲਈ ਪਾਈਪ, ਇਸ ਤੋਂ ਇਲਾਵਾ ਪਲਾਸ ਵਗੈਰਾ ਉਹਨਾਂ ਨੂੰ ਖੋਲ੍ਹਣ ਦੇ ਲਈ, ਪਲੱਸ ਵਹੀਕਲਸ ਜਿਵੇਂ ਮੋਟਰਸਾਈਕਲ, ਇੱਕ ਡਾਲੇ ਵਾਲਾ ਜਿਹੜਾ ਥ੍ਰੀ ਵੀਲਰ ਜਿਹਦੇ ਕਿ ਲੱਦ ਕੇ ਲਿਜਾਏ ਜਾ ਸਕਦੇ ਆ, ਅਤੇ ਪਲੱਸ ਜਿਹੜੇ ਆ ਕਰੀਬ ਜਿਹੜਾ 50 ਲੀਟਰ ਟਰਾਂਸਫਾਰਮਰ ਦਾ ਤੇਲ, ਅਤੇ ਇਸ ਤੋਂ ਇਲਾਵਾ ਜਿਹੜੇ ਵੱਖ ਵੱਖ ਇਹਨਾਂ ਦੇ 8-9 ਕੈਨ ਵੀ ਫੜੇ ਆ ਜਿਹੜੇ ਕਿ ਤੇਲ ਦੇ ਨਾਲ ਲਿਬੜੇ ਹੋਏ ਆ ਅਤੇ ਜਿਹੜੇ ਇਹਨਾਂ ਨੇ ਅੱਗੇ ਸੇਲ ਕਰ ਦਿੱਤਾ ਹੋਇਆ। ਤੇਲ ਚੋਰੀ ਕਰਕੇ ਇਹ ਦੋ ਜਣੇ ਸੀ ਅੱਗੇ ਜਿਹੜੇ ਕਿ ਖਰੀਦਦੇ ਸੀਗੇ, ਇੱਕ ਜੋਗਾ ਸਿੰਘ ਜੀ ਹਰਦੋ ਝੰਡੇ ਦਾ, ਇੱਕ ਸੀਗਾ ਸਤਨਾਮ ਸਿੰਘ, ਉਹ ਥੜਿਆਲੇ ਨਾਲ ਦਾ ਸੀਗਾ। ਉਹ ਖਰੀਦਦੇ ਸੀਗੇ ਅਤੇ ਇਹ ਤੇਲ ਜਿਹੜਾ ਬੇਸਿਕਲੀ ਆ ਇਹ ਕਾਰਾਂ 'ਚ ਵੀ ਉਹ ਪਾ ਲੈਂਦੇ ਸੀਗੇ, ਟਰੱਕ 'ਚ, ਈਵਨ ਟਰੈਕਟਰਾਂ ਦੇ ਵਿੱਚ ਵੀ ਯੂਜ਼ ਕਰ ਲੈਂਦੇ ਸੀ ਡੀਜ਼ਲ ਦੇ ਨਾਲ ਮਿਕਸ ਕਰਕੇ, ਅਤੇ ਸਸਤਾ ਮਿਲ ਜਾਂਦਾ ਸੀਗਾ ਇਸ ਕਰਕੇ ਉਹਦੇ ਵਿੱਚ ਯੂਜ਼ ਕਰੀ ਜਾਂਦੇ ਸੀ। ਉਹ ਸਰ ਦੋ ਮੁਲਜ਼ਮ ਫੜੇ ਗਏ ਤੇਲ? ਤੇਲ ਖਰੀਦਣ ਵਾਲਿਆਂ ਦੇ ਵਿੱਚੋਂ ਇੱਕ ਅਸੀਂ ਫੜ ਲਿਆ ਜੀ, ਜੋਗਾ ਸਿੰਘ, ਅਤੇ ਇੱਕ ਅਜੇ ਬਾਕੀ ਹੈ ਜੀ, ਸਤਨਾਮ ਸਿੰਘ ਦੀ ਅਰੈਸਟ ਬਾਕੀ ਹੈ। ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ? ਨਹੀਂ, ਇਹਨਾਂ ਦੇ ਖਿਲਾਫ਼ ਪਹਿਲਾਂ ਨਹੀਂ ਮਾਮਲੇ ਦਰਜ ਜੀ, ਇਹ ਫਰੈਸ਼ ਹੀ ਕੇਸ ਹੈ ਇਹਨਾਂ ਦਾ, ਅਤੇ ਪਰੰਤੂ ਪਿੰਡਾਂ ਦੇ ਲੋਕਾਂ ਨੂੰ ਜਿੰਨਾ ਦੇ ਕੇ ਸਪੈਸ਼ਲੀ ਕਿਸਾਨਾਂ ਨੂੰ ਇਹਦੇ ਨਾਲ ਕਾਫ਼ੀ ਰਾਹਤ ਮਹਿਸੂਸ ਹੋਊਗੀ ਕਿ ਜਿਹੜੀਆਂ ਚੋਰੀਆਂ ਉਹਨਾਂ ਨੂੰ ਠੱਲ ਪਊਗੀ। ਸਰ ਇਹਨਾਂ ਕੋਲ ਹੋਰ ਵੀ ਕੋਈ ਇਨਕਮ ਦੀ ਆਸ ਹੈ ਜੀ? ਡੈਫੀਨੇਟਲੀ ਜੀ, ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੇ ਲਈ ਅਪਲਾਈ ਕੀਤਾ ਅਤੇ ਸਾਨੂੰ ਰਿਮਾਂਡ ਮਿਲ ਗਿਆ, ਅਤੇ ਅਸੀਂ ਇਹਦੇ ਤੋਂ ਹੋਰ ਵੀ ਜਿਹੜੀਆਂ ਰਿਕਵਰੀਜ਼ ਆ ਉਹ ਕਰਾਂਗੇ, ਅਤੇ ਜਿਹੜੇ ਬਾਕੀ ਚੋਰ ਅਜੇ ਰਹਿੰਦੇ ਵੀ ਆ, ਦੋ ਜਣੇ ਰਹਿੰਦੇ ਆ, ਇੱਕ ਖਰੀਦਣ ਵਾਲਾ ਵੀ ਰਹਿੰਦਾ ਆ, ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਤੇ ਹੋਰ ਮੈਕਸੀਮਮ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ SSP ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਸੀਂ ਜੋ ਇਲਾਕੇ ਦੇ ਵਿੱਚ ਚੋਰੀਆਂ ਨੂੰ ਵੱਧ ਤੋਂ ਵੱਧ ਠੱਲ ਪਾਉਣ ਦੀ ਸਾਡੇ ਵੱਲੋਂ 100% ਐਫਰਟ ਹੋਏਗੀ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।